ਜਿਹੜਾ ਪਹਿਲਾ ਜੱਥਾ ਜਾ ਰਿਹਾ ਤੁਸੀਂ ਜਾ ਰਹੇ ਹੋ, ਜੇ ਕੋਈ ਨੇਕ ਆਦਮੀ ਲੀਡ ਕਰੇਗਾ ਮੈਂ ਜ਼ਰੂਰ ਜਾਵਾਂਗਾ। ਕੋਈ ਪੰਛਾ ਤੇ ਗਵਰਨਮੈਂਟ ਉਹ ਪਾਕਿਸਤਾਨ ਹੀ ਦੱਸ ਸਕਦੀ ਕਿ ਉਹਨਾਂ ਦੀ ਮਜਬੂਰੀ ਹੈ, ਬਟ ਮੇਰਾ ਖਿਆਲ ਜੇ ਉਹਨਾਂ ਨੇ ਸੜਕਾਂ ਬਣਾਈਆਂ, ਪੁਲ ਬਣਾਏ ਨੇ, ਸਾਰਾ ਕੁਝ ਕੀਤਾ ਉਹਨਾਂ ਨੇ, ਤੇ ਮੰਸ਼ਾ ਤੇ ਕੋਈ ਮਾੜੀ ਨਹੀਂ ਹੋਣੀ ਚਾਹੀਦੀ, ਮੰਸ਼ਾ ਤੇ ਠੀਕ ਹੀ ਹੋਏਗੀ। ਪਾਕਿਸਤਾਨ ਨੇ ਜੇ $20 ਲਾਏ ਨੇ ਉਹਦੇ ਵਿੱਚ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਫੈਸਿਲਿਟੀਜ਼ ਉੱਤੇ ਲੰਗਰ ਦੀਆਂ ਵੀ। ਮੇਰੇ ਨਾਲ ਇਸ ਵਕਤ ਮੌਜੂਦ ਨੇ ਕਾਂਗਰਸ ਦੇ ਵਰਿਸ਼ਠ ਨੇਤਾ ਅਤੇ ਰਾਜ ਸਭਾ ਐਮ ਪੀ ਪ੍ਰਤਾਪ ਸਿੰਘ ਬਾਜਵਾ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਾਂਗੇ ਲਾਂਘੇ ਦੀ। ਜਿਸ ਤਰ੍ਹਾਂ ਇਹ ਚੀਜ਼ਾਂ ਹੋ ਰਹੀਆਂ ਨੇ, $20 ਦੇ ਹਾਲੇ ਵੀ ਪਾਕਿਸਤਾਨ ਲੱਗਿਆ ਹੋਇਆ, ਜਿਹੜਾ 575 ਜਿਹੜੇ ਵੀਜ਼ੇ ਦੇਣੇ ਸੀ ਉਹਨਾਂ ਦੇ ਵਿੱਚ ਵੀ ਕਈਆਂ ਜੇ ਪੰਜਾਬ ਸਰਕਾਰ ਨੂੰ ਅਨੁਮਤੀ ਨਹੀਂ ਮਿਲੀ, ਕੀ ਲੱਗਦਾ ਕੀ ਮੰਸ਼ਾ? ਦੇਖੋ, ਮੰਸ਼ਾ ਤਾਂ ਗਵਰਨਮੈਂਟ ਉਹ ਪਾਕਿਸਤਾਨ ਹੀ ਦੱਸ ਸਕਦੀ ਹੈ ਕਿ ਉਹਨਾਂ ਦੀ ਮਜਬੂਰੀ ਹੈ, ਬਟ ਮੇਰਾ ਖਿਆਲ ਜੇ ਉਹਨਾਂ ਨੇ ਸੜਕਾਂ ਬਣਾਈਆਂ, ਪੁਲ ਬਣਾਏ ਨੇ, ਸਾਰਾ ਕੁਝ ਕੀਤਾ ਉਹਨਾਂ ਨੇ, ਤਾਂ ਮੰਸ਼ਾ ਤਾਂ ਕੋਈ ਮਾੜੀ ਨਹੀਂ ਹੋਣੀ ਚਾਹੀਦੀ, ਮੰਸ਼ਾ ਤਾਂ ਠੀਕ ਹੀ ਹੋਏਗੀ। ਕਈ ਵਾਰ ਵੀਜ਼ਿਆਂ ਦੇ ਵਿੱਚ ਇੱਕ ਅੱਧਾ ਦਿਨ ਉੱਤੇ ਥੱਲੇ ਹੋ ਸਕਦਾ, ਸੋ ਐਡੀ ਜਲਦੀ ਸਾਨੂੰ ਕਿਸੇ ਨਤੀਜੇ 'ਤੇ ਨਹੀਂ ਪਹੁੰਚਣਾ ਚਾਹੀਦਾ। ਬਾਕੀ ਜਿੱਥੋਂ ਤੱਕ $20 ਦੀ ਗੱਲ ਹੈ, ਮੇਰਾ ਆਲਰੇਡੀ ਕਹਿਣਾ ਕਿ ਸੈਂਟਰਲ ਗਵਰਨਮੈਂਟ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਸਾਡੇ ਮੁਸਲਿਮ ਭਰਾਵਾਂ ਵਾਸਤੇ ਜਿਹੜੇ ਹਜ 'ਤੇ ਜਾਂਦੇ ਨੇ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਬਕਾਇਦਾ ਤੌਰ ਸਪੋਂਸਰ ਕਰਦੀ ਹੈ, ਪੈਸੇ ਦਿੰਦੀ, ਖਰਚਾ ਕਰਦੀ, ਉਹਦੇ ਵਾਸਤੇ ਇੱਕ ਇਹਨਾਂ ਨੇ ਵੱਖਰਾ ਇੱਕ ਆਪਣਾ ਬਜਟ ਰੱਖਿਆ। ਤੋ ਸਿੱਖ ਯਾਤਰੂ ਜਿਹੜੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਨੇ, ਮੇਰਾ ਇਹ ਪਰਸਨਲ ਸਜ਼ਾ ਹੈ ਕਿ ਜਿਹੜੇ ਟੈਕਸ ਨਹੀਂ ਦਿੰਦੇ, ਜਿਨ੍ਹਾਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ, ਉਹਨਾਂ ਨੂੰ ਤਿੰਨ ਏਜੰਸੀਆਂ, ਗਵਰਨਮੈਂਟ ਆਫ ਪੰਜਾਬ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੈਂਟਰਲ ਗਵਰਨਮੈਂਟ, ਤਿੰਨੋਂ ਪੂਲ ਇਨ ਕਰਕੇ ਪੈਸੇ ਇੱਕ ਬਜਟ ਰੱਖਣ, ਜਿਹੜਾ ਵੀ ਉੱਥੇ ਜਾਂਦਾ, ਕਿਉਂਕਿ ਪਾਕਿਸਤਾਨ ਨੇ ਜੇ $20 ਲਾਏ ਨੇ ਉਹਦੇ ਵਿੱਚ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਫੈਸਿਲਿਟੀਜ਼ ਉੱਥੇ, ਲੰਗਰ ਦੀਆਂ ਵੀ, ਉੱਥੇ ਸੜਕਾਂ ਪ੍ਰੋਵਾਈਡ ਕੀਤੀਆਂ, ਉੱਥੇ ਪੁਲ ਪ੍ਰੋਵਾਈਡ ਕੀਤੇ, ਉੱਥੇ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ, ਅਤੇ ਸਿੱਖ ਸੰਗਤ ਜਿਹੜੀ ਹੈ ਉਹਨਾਂ ਦਾ ਆਪਣਾ ਦੇਸ਼ ਵਿਸ਼ੇਸ਼ ਤੌਰ ਜਿਹੜਾ ਵੱਡੀ ਗਿਣਤੀ ਵਿੱਚ 99% ਸਿੱਖ ਤਾਂ ਹਿੰਦੁਸਤਾਨ 'ਚ ਰਹਿੰਦਾ। ਤੋ ਹੱਕ ਸਿੱਖ ਭਾਈਚਾਰੇ ਦਾ ਅਤੇ ਪੰਜਾਬੀ ਭਾਈਚਾਰੇ ਦਾ ਅਤੇ ਨਾਨਕ ਲੇਵਾ ਲੋਕਾਂ ਦਾ ਜ਼ਿਆਦਾ ਹੱਕ ਹਿੰਦੁਸਤਾਨ ਦੀ ਸਰਕਾਰ 'ਤੇ ਹੀ। ਤੋ ਮੇਰੀ ਮੰਗ ਹੈ ਕਿ ਕੱਲੀ ਇੱਕ ਸੂਬੇ ਦੀ ਸਰਕਾਰ 'ਤੇ ਨਹੀਂ, ਕੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਤਿੰਨੋਂ ਹੀ ਸਰਕਾਰਾਂ ਜਿਹੜੀਆਂ ਨੇ, ਤਿੰਨੋਂ ਹੀ ਇੰਸਟੀਟਿਊਸ਼ਨ ਜਿਹੜੇ ਨੇ, ਪੰਜਾਬ ਗਵਰਨਮੈਂਟ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ, ਇਹ ਪੂਲ ਇਨ ਕਰੇ ਜਿੰਨੇ ਵੀ ਪੈਸੇ ਲੱਗਦੇ ਨੇ, ਇੱਕ ਵਾਰ ਬੰਦਾ ਪੈਸੇ ਦੇ ਕੇ ਆਉਂਦੀ ਵਾਰ ਇਹ ਉਹਨਾਂ ਨੂੰ ਰਿਫੰਡ ਕਰ ਦਿਆ ਕਰਨ। ਇਹ ਸਕੀਮ ਇਹਨਾਂ ਦੀ ਚਾਹੀਦੀ ਹੈ। ਇੱਕ ਇਹ ਵੀ ਸੁਝਾਅ ਆ ਰਿਹਾ ਸੀ ਕਿ SGPC ਕਿਉਂ ਨਾ ਇੱਕ ਗੁੱਲਕ ਲਾ ਦੇਵੇ, ਕਈ ਪਾਰਟੀ ਤੁਹਾਡੀ ਪਾਰਟੀ ਨੇਤਿਆਂ ਵੱਲੋਂ ਆਇਆ ਹੈ, ਗੁੱਲਕ ਲਾ ਦੇ, ਉਹਦੇ ਵਿੱਚ ਪੈਸੇ ਜਿਹੜੇ ਆਉਣਗੇ ਉਹ $20 ਪਾਕਿਸਤਾਨ ਨੂੰ ਦੇ ਦਿੱਤੇ ਜਾਣ। ਦੇਖੋ, ਮੈਨੂੰ ਨਹੀਂ ਕੀ ਤੌਰ ਤਰੀਕਾ ਕਰਨਾ, ਮੇਰਾ ਤਾਂ ਇੱਕ ਪਰਸਨਲ ਸੁਝਾਅ ਹੈ ਕਿ ਯਾਤਰੂ ਜਦੋਂ ਜਾਂਦੇ ਨੇ ਉਹ ਪੈਸੇ ਦੇ ਦੇਣ ਅਤੇ ਆਉਂਦੀ ਵਾਰ ਉਹੀ ਸਲਿੱਪ ਵਾਪਸ ਲੈਣ, ਅਤੇ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਹੋ ਜਿਹਾ ਐਸਕਰੋ ਅਕਾਊਂਟ ਉਹਨੂੰ ਕਹਿੰਦੇ, ਤਿੰਨੋਂ ਸਰਕਾਰ, ਤਿੰਨੋਂ ਇੰਸਟੀਟਿਊਸ਼ਨਸ ਦਾ ਅਕਾਊਂਟ ਖੁੱਲ੍ਹਾ ਹੋਏ, ਉਹਦੇ 'ਚ ਉਹਨਾਂ ਨੂੰ ਪੈਸੇ ਵਾਪਸ ਡਿਸਕਾਊਂਟ ਉਹਨਾਂ ਨੂੰ ਕਰ ਦਿਆ ਕਰਨ, ਵਾਪਸ ਪੈਸੇ ਮਿਲ ਜਾਇਆ ਕਰਨ। ਇਹ ਸਾਰਿਆਂ ਨੂੰ ਸੌਖਾ ਹੈ ਕਿ ਜਾਂਦੇ ਵਕਤ ਤੁਸੀਂ ਦੇ ਕੇ ਜਾਓ, ਆਉਂਦੇ ਵਕਤ ਗਵਰਨਮੈਂਟ ਜਿਹੜੀ ਹੈ ਜਾਂ ਤਿੰਨੋਂ ਏਜੰਸੀਆਂ ਜਿਹੜੀਆਂ ਨੇ ਪੈਸੇ ਤੁਹਾਨੂੰ ਵਾਪਸ ਕਰ ਦਿਆ। ਬਾਕੀ ਜਿਹੜਾ ਪਹਿਲਾ ਜੱਥਾ ਜਾ ਰਿਹਾ ਤੁਸੀਂ ਜਾ ਰਹੇ ਉਹਦੇ 'ਚ? ਮੈਨੂੰ ਤਾਂ ਅਜੇ ਤੱਕ ਕੋਈ ਅਜੇ ਆਇਆ ਨਹੀਂ, ਜੇ ਕੋਈ ਨੇਕ ਆਦਮੀ ਲੀਡ ਕਰੇਗਾ ਮੈਂ ਜ਼ਰੂਰ ਜਾਵਾਂਗਾ। ਹਾਂਜੀ ਹਾਂਜੀ, ਬਿਲਕੁਲ, ਨੇਕ ਆਦਮੀ ਲੀਡ ਕਰੇਗਾ ਜ਼ਰੂਰ ਜਾਵੇਗਾ, ਹਾਲਾਂਕਿ ਨੇਕ ਆਦਮੀ ਕੌਣ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਦਿੱਲੀ ਤੋਂ ਨਿਤਿਨ ਤਿਮਾਨ, ਦੈਨਿਕ ਸਵੇਰਾ TV।